ਕੱਲ੍ਹ ਪੰਜਾਬ ਦੇਸ਼ ਦੀ ਨਵੀਂ ਸਰਕਾਰ ਚੁਣਨ ਜਾ ਰਿਹਾ। ਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਓ ਪੰਜਾਬ ਵਿੱਚੋਂ ਡਰ ਅਤੇ ਆਤੰਕ ਦਾ ਮਾਹੌਲ ਖਤਮ ਕਰੀਏ, ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਪਾਈਏ ਅਤੇ ਆਪਣੇ ਬੱਚਿਆਂ ਵਾਸਤੇ ਇੱਕ ਸੁਨਹਿਰਾ ਭਵਿੱਖ ਸੁਨਿਸ਼ਚਿਤ ਕਰਨ ਲਈ ਬੀਜੇਪੀ ਨੂੰ ਹੁੰਮ ਆ ਕੇ ਵੋਟਾਂ ਪਾਈਏ। ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਹਿਨੁਮਾਈ ਦੇ ਵਿੱਚ ਵੀ ਹੈ ਵਿੱਚ ਹੀ ਹੈ ਕਿ ਅੱਜ ਜਿਹੜੀ UP ਹੈ, ਉੱਤਰ ਪ੍ਰਦੇਸ਼, ਤਰੱਕੀ ਦੇ ਰਾਹ 'ਤੇ ਪਿਆ। ਜੇ ਉੱਥੇ ਅਮਨ ਸ਼ਾਂਤੀ ਲੋ ਐਂਡ ਆਰਡਰ ਇਸਟੈਬਲਿਸ਼ ਕੀਤਾ ਹੈ ਅਤੇ ਬੀਜੇਪੀ ਦੀ ਸਰਕਾਰ ਦੇ ਅੰਦਰ ਪ੍ਰਧਾਨ ਮੰਤਰੀ ਜੀ ਦੀ ਸਟਰੋਂਗ ਲੀਡਰਸ਼ਿਪ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅੱਜ ਸੰਭਵ ਹੋਇਆ ਵੀ ਉੱਥੋਂ ਮਾਫੀਆ ਰਾਜ ਅਤੇ ਜਿਹੜੇ ਗੈਂਗਸਟਰ ਸੀ ਉਹ ਖਤਮ ਕੀਤੇ ਗਏ। ਅੱਜ ਉੱਥੇ ਆਲਮ ਆ ਹੈ ਵੀ ਲੋਕ ਪੰਜਾਬ ਦੀ ਅੱਧੀ ਇੱਕ ਇੰਡਸਟਰੀ ਉੱਥੇ ਜਾ ਕੇ ਫੈਕਟਰੀਆਂ ਲਾਉਣਾ ਚਾਹੁੰਦੀ ਹੈ। ਕਿਉਂ ਕਿਉਂ ਪੰਜਾਬ ਵਿਛੜ ਗਿਆ, ਇਸ ਗੱਲੋਂ ਕਿਉਂ ਪਿਛੜ ਗਿਆ? ਮਸਲਾ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਇੱਕ ਬਦਲਾਅ ਕਰਕੇ ਪੰਜਾਬ ਦੇ ਲੋਕਾਂ ਨੇ, ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸਿਰਫ ਅਤੇ ਸਿਰਫ ਆਪਣੀ ਜੇਬਾਂ ਭਰੀਆਂ, ਆਪਣੀ ਉਸੇ ਕਰਪਸ਼ਨ ਤੋਂ ਡਰ ਕੇ ਅੱਜ ਜੇ ਵੋਟਾਂ ਮੰਗ ਰਹੇ ਹੈ ਅਤੇ ਜੇਲ੍ਹ ਤੋਂ ਜਾਣ ਤੋਂ ਬਚਣ ਵਾਸਤੇ ਤੁਹਾਡੀ ਵੋਟ ਮੰਗ ਰਹੇ ਹੈ, ਨਾ ਕਿ ਪੰਜਾਬ ਦੀ ਤਰੱਕੀ ਵਾਸਤੇ ਵੋਟਾਂ ਮੰਗਦੇ ਹੈ। ਉਹਨਾਂ ਦੀ ਭਾਈਵਾਲ ਕਾਂਗਰਸ ਪਾਰਟੀ ਵੀ ਇਸੇ ਕਰਕੇ ਇਕੱਠੇ ਦੋਨੋਂ ਰਲੇ ਹੈ, ਦੋਨੋਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹੈ, ਲੋਕਾਂ ਨੂੰ ਗੁੰਮਰਾਹ ਕਰ ਰਹੇ ਪੰਜਾਬ ਦੇ। ਮਕਸਦ ਕਾਂਗਰਸ ਪੰਜਾਬ ਦੇ ਲੀਡਰਾਂ ਦਾ ਆਹੀ ਹੈ ਵੀ ਕਿਸੇ ਤਰ੍ਹਾਂ ਉਹ ਵੀ ਜੇਲ੍ਹ ਜਾਣ ਤੋਂ ਬਚਣ, ਇਸੇ ਕਰਕੇ ਉਹ ਆਮ ਆਦਮੀ ਪਾਰਟੀ ਦੇ ਨਾਲ ਰਲੇ ਬੈਠੇ ਹੈ। ਪੰਜਾਬ ਦੀ ਜਿਹੜੀ ਸਮੱਸਿਆ ਹੈ, ਚਾਹੇ ਨਸ਼ੇ ਦਾ ਮੁੱਦਾ ਹੈ, ਚਾਹੇ ਇੱਥੇ ਅੱਜ ਸਾਡੇ ਬੱਚੇ ਨੌਕਰੀ ਲੈਣ ਵਾਸਤੇ ਕਿਸੇ ਮੰਤਰੀ ਦੇ ਘਰੇ ਜਾਣ ਤੋਂ ਡਰਦੇ ਆ, ਉੱਥੇ ਜਾ ਕੇ ਆਪਣੀ ਦਰਖਾਸਤ ਦੇਣ ਤੋਂ ਡਰਦੇ ਆ, ਕਿਉਂਕਿ ਉਹਨਾਂ ਦੀ ਇੱਜ਼ਤ ਵੀ ਅੱਜ ਮਹਿਫੂਜ਼ ਹੈ ਨਹੀਂ। ਕਿਉਂ ਨਹੀਂ ਆਮ ਆਦਮੀ ਦੇ ਇਸ ਕਰਤੂਤਾਂ ਦੇ ਵਾਸਤੇ ਅਪੋਜੀਸ਼ਨ ਪਾਰਟੀ ਦੇ ਤੌਰ 'ਤੇ ਕਾਂਗਰਸ ਬੋਲਦੀ? ਕਿਉਂ ਨਹੀਂ ਕਾਂਗਰਸ ਨੇ ਅੱਜ ਤੱਕ ਕਿਤੇ ਕਿਸਾਨਾਂ ਦੇ ਮੁੱਦੇ ਨੂੰ ਚੱਕਿਆ ਵੀ? ਕਿਉਂ ਉਹਨਾਂ ਦੇ ਹੱਕ ਦੇ ਜਿਹੜੇ 6,000 ਰੁਪਈਏ ਸਾਲ ਦੇ ਆ ਰਹੇ ਹੈ, ਮੋਦੀ ਜੀ ਨੇ ਜਿਸ ਤਰ੍ਹਾਂ ਕਿਸਾਨ ਸਨਮਾਨ ਨਿਧੀ ਦੇ ਤਹਿਤ ਭੇਜਦੇ, ਕਿਉਂ ਨਹੀਂ ਉਹ ਮੁੱਦੇ ਚੱਕਦੇ? ਕਿਉਂਕਿ ਆਪਣੇ ਕੁਕਰਮਾਂ ਦਾ, ਆਪਣੇ ਭ੍ਰਿਸ਼ਟਾਚਾਰ ਦਾ ਡਰ ਉਹਨਾਂ ਨੂੰ ਮਜਬੂਰ ਕਰ ਰਹੇ। ਪਰ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਅਤੇ ਮਜ਼ਬੂਤ ਲੀਡਰਸ਼ਿਪ ਹੈ ਉਹ BJP ਪ੍ਰਧਾਨ ਮੰਤਰੀ ਮੋਦੀ ਦੀ ਰਹਿਨੁਮਾਈ 'ਚ ਹੀ ਲੀਡਰਸ਼ਿਪ ਮਿਲ ਸਕਦੀ ਹੈ। ਉਹ ਜੇ ਲੀਡਰ ਹੈ ਜਿਹੜੇ ਉਹ ਕਹਿੰਦੇ ਉਹ ਕਰਕੇ ਦਿਖਾਉਂਦੇ ਹੈ। ਜੇ ਉਹਨਾਂ ਨੇ ਕਿਹਾ ਸੀ ਵੀ ਕਰਤਾਰਪੁਰ ਲਾਂਘਾ ਖੋਲ੍ਹ ਕੇ ਦਿਆਂਗੇ ਤਾਂ ਉਹਨਾਂ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਦਿਖਾਇਆ ਹੈ। ਉਹ ਕਰਤਾਰਪੁਰ ਲਾਂਘਾ ਜਿਹਦੇ ਵਾਸਤੇ ਅਸੀਂ 70 ਸਾਲਾਂ ਤੋਂ ਜ਼ਿਆਦਾ ਤੋਂ ਅਰਦਾਸ ਕਰ ਰਹੇ ਸੀ ਵੀ ਸਾਡੇ ਗੁਰੂ ਧਾਮ ਜਿਹੜੇ ਸਾਡੇ ਤੋਂ ਵਿਛੋੜੇ ਗਏ ਨੇ ਉਹਨਾਂ ਦੀ ਸੇਵਾ ਸੰਭਾਲ ਦਾ ਸਾਨੂੰ ਮੌਕਾ ਮਿਲੇ। ਜੇ ਉਹਨਾਂ ਨੇ ਰਾਮ ਮੰਦਿਰ ਦਾ ਕਿਹਾ ਸੀ ਤਾਂ ਰਾਮ ਮੰਦਿਰ ਬਣਾ ਕੇ ਦਿਖਾਇਆ, ਅਤੇ ਅੱਜ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਤੋਂ ਮੈਂ ਪਰਮਿਸ਼ਨ ਲੈ ਕੇ ਆਇਆ ਅਤੇ ਉੱਥੇ ਤੁਗਲਕਾਬਾਦ ਦੇ ਅੰਦਰ ਗੁਰੂ ਰਵਿਦਾਸ ਜੀ ਦਾ ਭਵਿਆ ਮੰਦਿਰ ਉੱਥੇ ਵੀ ਬਣੂਗਾ। ਜੇ ਉਹਨਾਂ ਨੇ ਬਾਲਮੀਕਿ ਮਹਾਰਾਜ ਦੇ ਨਾਮ 'ਤੇ ਅਯੋਧਿਆ ਦਾ ਏਅਰਪੋਰਟ ਬਣਾਇਆ ਹੈ ਤਾਂ ਗੁਰੂ ਰਵਿਦਾਸ ਦੇ ਨਾਮ 'ਤੇ ਆਦਮਪੁਰ ਦਾ ਏਅਰਪੋਰਟ ਵੀ ਬਣਨ ਜਾ ਰਿਹਾ। ਸਾਥੀਓ, ਜੇ ਇੱਥੇ ਅਮਿਤ ਸ਼ਾਹ ਜੀ ਆ ਕੇ ਕਹਿ ਕੇ ਗਏ ਹੈ ਵੀ ਮੈਂ ਪੰਜਾਬ ਦੇ ਅੰਦਰੋਂ ਨਸ਼ਾ ਸਿਰਫ ਖਤਮ ਹੀ ਨਹੀਂ ਕਰੂੰਗਾ, ਜੜੋਂ ਕੱਢ ਕੇ ਦੇਊਂਗਾ, ਇੱਥੇ ਸਾਨੂੰ ਅਗਰ ਨੈਸ਼ਨਲ ਨਰਕੋਟਿਕ ਕੰਟਰੋਲ ਬਿਊਰੋ ਦੇ ਅਗਰ ਬਣਾਉਣੇ ਪਏ, ਜਿੰਨੇ ਵੀ ਆਫਿਸਿਸ ਬਣਾਉਣੇ ਪਏ ਅਤੇ ਉਹ ਵੀ ਅਸੀਂ ਇੱਥੇ ਬਣਾ ਕੇ ਖਤਮ ਕਰਾਂਗੇ। ਅਗਰ ਦੇਸ਼ ਦੀ ਫਾਈਨਾਂਸ ਮਿਨਿਸਟਰ ਇੱਥੇ ਆ ਕੇ ਕਹਿ ਕੇ ਜਾਂਦੇ ਹੈ ਵੀ ਅਸੀਂ ਇੱਥੇ ਪੰਜਾਬ ਦੇ ਉਦਯੋਗਪਤੀਆਂ ਦੀ, ਸਾਡੇ ਵਪਾਰੀਆਂ ਦੀ ਸਮੱਸਿਆ ਸੁਣ ਕੇ, ਉਹਨਾਂ ਨਾਲ ਸਾਂਝ ਕਰਕੇ, ਉਹਦਾ ਹੱਲ ਕਰਕੇ ਪੰਜਾਬ ਨੂੰ ਫਿਰ ਤਰੱਕੀ ਦੇ ਤਰਫ ਲੈ ਕੇ ਜਾਵਾਂਗੇ ਅਤੇ ਉਹਨੂੰ ਹੱਲ ਕਰਕੇ ਦਿਆਂਗੇ। ਜੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ, ਤਾਂ ਵਾਕਿਆ MSP 'ਤੇ ਇੱਕ ਇੱਕ ਦਾਣਾ ਖਰੀਦ ਕੇ ਕਰਕੇ ਦਿਖਾਈ ਹੈ। ਜਿਹੜੀ ਕਿਸਾਨ ਦੀ ਆਮਦਨ 2014 ਦੇ ਅੰਦਰ ਝੋਨੇ ਅਤੇ ਕਣਕ ਤੋਂ 32,000 ਕਰੋੜ ਰੁਪਈਏ ਸੀਗੀ, ਹੁਣ 2024 ਦੇ ਅੰਦਰ ਉਹ 70,000 ਕਰੋੜ ਰੁਪਈਏ ਕਰਕੇ ਦਿਖਾਈ ਹੈ। ਜੇ ਗਰੀਬ ਦੇ ਘਰੇ ਟੋਇਲਟ ਬਣਾਉਣ ਦੀ ਗੱਲ ਸੀ, ਗਰੀਬ ਦੇ ਪੱਕੀ ਛੱਤ ਦੇਣ ਦੀ ਗੱਲ ਕੀਤੀ ਸੀ, ਜੇ ਉਜਵਲਾ ਦੇ ਤਹਿਤ ਗੈਸ ਕਨੈਕਸ਼ਨ ਦੇਣ ਦੀ ਗੱਲ ਕੀਤੀ ਹੈ, ਇਹ ਸਾਰੇ ਕੰਮ ਜਿਹੜੇ ਕਹੇ ਕਰਕੇ ਦਿਖਾਏ ਅਤੇ ਜੋ ਕਹਿ ਰਹੇ ਉਹ ਕਰਕੇ ਦਿਖਾਵਾਂਗੇ।
ਪੰਜਾਬ ਨੂੰ ਅੱਜ ਹਰ ਵਰਗ ਨੂੰ, ਚਾਹੇ ਉਹ ਨੌਜਵਾਨ ਹੈ, ਚਾਹੇ ਸਾਡੀ ਮਾਤਾਵਾਂ ਭੈਣਾਂ ਨੇ, ਚਾਹੇ ਬਜ਼ੁਰਗ ਹੈ ਜਿਨ੍ਹਾਂ ਨੂੰ ਹੁਣ ਬਜ਼ੁਰਗਾਂ ਨੂੰ ਵੀ 5 ਲੱਖ ਰੁਪਈਏ ਦੀ ਜਿਹੜੀ ਹੈ ਉਹਦੇ ਵਿੱਚ ਆਯੁਸ਼ਮਾਨ ਦੇ ਅੰਦਰ ਸਾਰੇ ਜਿਹੜੇ 70 ਸਾਲ ਦੇ ਏਜ ਦੇ ਹੈ ਸਾਰਿਆਂ ਨੂੰ ਉਹ ਜਿਹੜੀ ਸੁਵਿਧਾ ਮਿਲੂਗੀ। ਬਾਕੀ ਗਰੀਬ ਲੋਕਾਂ ਦੇ ਨਾਲ ਵੀ ਉਹਨਾਂ ਨੂੰ ਵੀ 5 ਲੱਖ ਰੁਪਈਏ ਦੀ ਫਰੀ ਮੈਡੀਕਲ ਹੈਲਪ ਦੀ ਜਿਹੜੀ ਦਿੱਤੀ ਹੈ ਉਹ ਸਾਰਿਆਂ ਨੂੰ ਮਿਲੂਗੀ। ਸਾਥੀਓ, ਇਹਨਾਂ ਸਾਰੀਆਂ ਗੱਲਾਂ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਆਓ 1 ਜੂਨ ਨੂੰ ਹੁੰਮ ਆ ਕੇ ਬੀਜੇਪੀ ਦੇ 13 ਦੇ 13 ਉਮੀਦਵਾਰਾਂ ਨੂੰ ਆਪਾਂ ਕਾਮਯਾਬ ਕਰੀਏ ਤਾਂ ਕਿ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦਾ ਹਿੱਸਾ ਪੈ ਸਕੇ ਅਤੇ ਉਹਨੂੰ ਆਪਾਂ ਸੁਨਿਸ਼ਚਿਤ ਕਰੀਏ ਵੀ ਤਰੱਕੀ 'ਚੋਂ ਪੰਜਾਬ ਨਾ ਵਾਂਝਾ ਰਹਿ ਜਾਏ, ਪੰਜਾਬ ਨੂੰ ਵਾਪਸ 1 ਨੰਬਰ ਦਾ ਸੂਬਾ ਦੇਸ਼ 'ਚ ਬਣਾਉਣ ਵਾਸਤੇ ਮੇਰੀ ਅਪੀਲ ਹੈ। ਆਓ 1 ਜੂਨ ਨੂੰ ਸਾਰੇ ਰਲ ਮਿਲ ਕੇ ਬੀਜੇਪੀ ਨੂੰ ਵੋਟਾਂ ਪਾਈਏ। ਜੈ ਹਿੰਦ।